ਤਿੰਨਾਂ ਦੇ ਪੀਰ
ਜੜੇ ਮਿਲਣ ਗੀਆਂ ਚੀਰੀਆਂ ਨੀ ਕੰਧ ਚੱਕ ਮਹਿਬੂਬ ਹਜ਼ੂਰ ਮੈਨੂੰ ਤੁਹਾਡੀ ਪਿੱਛੇ ਜਾਣੀ ਹੁਣ
मजबूरी मेरी होर मजबूरी मैं कि छन्ने विच चूरी मैं कि छन्ने विच चूरी तकदीर फड़के की कटिया
तेरी हीर बन। कई रात में पी के बर्तन वगैरह मार दिए। अपना पंजाब हो गए। बेबे हाथ गंडा हो गए। यार ना सुनो साल बाद मैं साढ़े सारे दे तन पाक साईं जी बहुत घट बाहरले प्रोग्राम ते कवाली ते आउंदे ने पर बाहरले प्रोग्राम ते बहुत घट किते एक अद्ध मिनट ले आके हाथ हिला के चले जान वो अलग बात है पर साईं जी आज सानू खुले दर्शन दे के साडियां तकदीरां दे दरवाजे खोल ले ने बूहे खोल ले ने देखो नी मेरा माही मेरे पाक जगावण आ गया मैनू हीर बनावण तकदीर जगावना देखो ला के प्रवा परा करे मचोला कहदा विच सामने तो कोई चीज लाउणी नहीं चाहिए कंजीआं भी लाइया भी फिर भी तैयार बचा के इधर उधर हो जाता बंदा ये तो पूरा हाँ बहुत बहुत मेहरबानी पर अपनी दुखियां अखा मेला अख मटके अख मटका कि दरवाजे लगे हुए चल हूँ पावे दे
ਹਾਲਾਤ ਵਿੱਚ ਮੈਂ ਕਿਉਂ ਕਰੀ ਮੱਕੀ ਦੀਆਂ ਰੋਟੀਆਂ ਨੂੰ Thank you.
हसीना ते शबा भाग आए जबता हसीना ते शबा भाग आए जबता हसीना ते
ਸਾਂਭੀ ਜਾਂਦੀ ਨਹੀਂ ਬੁਰਾ ਮਨਾਉਂਦੇ ਲੋਕੀ ਬੀਬੀ ਸਿਰ ਤੋਂ ਨੰਗੀ ਦਾ ਇਜ਼ਹਾਰ ਕਰਨਾ ਮਨਾ ਹੈ
तू की जाने वैन फकर दा तू की जाने वैन फकर दा केड़े पासे इश्क दा किड़दा फुलदा नी इश्क दा किड़दा फुलदा ਇਸ਼ਕ ਪਤਾ ਨਹੀਂ ਦਿਲ ਦਾ ਸੌਦਾ
ਫਕੀਰ ਦਾ ਮਾਣ ਰੱਖੇਗੀ ਗਲ ਵਿੱਚ ਪੱਲੇ ਪਾ ਕੇ
ਸੱਚੇ ਦਰਬਾਰ ਕੀ ਮੇਲਾ ਛੱਲਾ ਮੈਨੂੰ ਬੜਾ ਚੰਗਾ ਲੱਗਾ ਜਦੋਂ ਸ਼ਰਧਾ ਸਾਨੂੰ ਕਹਿੰਦੇ ਸੈਕਟਰੀ ਸਾਹਿਬ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਪਰ ਇੱਥੇ ਸਿਰਫ ਸ਼ਰਧਾ ਦੇ ਤੌਰ ਤਰੀਕੇ ਨਾਲ ਪੁਲਿਸ ਡਿਪਾਰਟਮੈਂਟ ਦੇ ਜਿੰਨੇ ਵੀ ਆਫਿਸਰਸ ਨੇ ਉਹਨਾਂ ਦੇ ਪੁਲਿਸ ਡਿਪਾਰਟਮੈਂਟ ਦੇ ਸਾਰੇ ਨੌਜਵਾਨ ਨੇ ਨੌਜਵਾਨੀਆਂ ਨੇ ਉਹ ਸਾਰੀਆਂ ਸ਼ਰਧਾਵਾਨ ਨੇ ਸਾਰੇ ਇਹ ਸੱਚੀ ਸਰਕਾਰ ਦੇ ਮੇਲੇ 'ਚ ਸੱਚੀਆਂ ਸਰਕਾਰਾਂ ਦੇ ਮੇਲਿਆਂ ਦੇ ਵਿੱਚ ਕਿਸੇ ਦੀ ਸਿਕਿਉਰਿਟੀ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਆਪ ਸਿਕਿਉਰਿਟੀ ਉੱਥੇ ਟਾਈਟ ਕਰਕੇ ਬੈਠੇ ਹੁੰਦੇ ਨੇ ਉਹਨਾਂ ਦੀ ਸੈਟੇਲਾਈਟ ਦੇ ਵਿੱਚੋਂ ਇੱਕ ਵੀ ਬੰਦਾ ਦੁਨੀਆਂ ਦਾ ਇੱਕ ਵੀ ਕੋਨਾ ਸ੍ਰਿਸ਼ਟੀ ਦੇ ਵਿੱਚੋਂ ਇੱਕ ਵੀ ਕੋਨਾ ਖਾਲੀ ਨਹੀਂ ਰਹਿੰਦਾ ਬ੍ਰਹਮ ਗਿਆਨੀ ਇੱਥੋਂ ਤੱਕ ਪਹੁੰਚੇ ਹੁੰਦੇ ਅਸੀਂ ਭਾਵੇਂ ਲੱਖ ਠੱਗੀਆਂ ਕਰੀ ਜਾਈਏ ਪਰ ਉਹਨਾਂ ਦੀ ਨਜ਼ਰ ਤੋਂ ਬਚ ਨਹੀਂ ਸਕਦੇ ਉਹਨਾਂ ਨੂੰ ਪਤਾ ਹੁੰਦਾ ਕਿ ਕਿੱਥੇ ਕਰ ਰਹੇ ਪਰ ਬਖਸ਼ੀ ਜਾਂਦੇ ਬਖਸ਼ਣਾ ਹੀ ਉਹਨਾਂ ਦਾ ਕਰਮ ਹੈ ਔਰ ਅਸੀਂ ਇਸ ਕਰਕੇ ਭੁੱਲਾ ਕਰੀ ਜਾਂਦੇ ਕਿਉਂਕਿ ਬੰਦਾ ਹੈ ਹੀ ਭੁੱਲਣ ਦੁਨੀਆਂਦਾਰ ਯੁੱਗ ਉਹ ਪਰਹੇਜ਼ਗਾਰ ਨੇ ਜਿਨ੍ਹਾਂ ਨੇ ਸਭ ਕੁਛ ਛੱਡ ਕੇ ਜਾਗੀਰਦਾਰੀਆਂ ਛੱਡ ਕੇ ਤੇ ਕੰਨ ਵਿੱਚ ਮੁੰਦਰਾਂ ਪਾਈ ਫਿਰਦਾ ਨਵਿਆਂ ਨਰਮ ਫਕੀਰਾਂ 14 ਸਾਲ ਦੀ ਉਮਰ ਦੇ ਵਿੱਚ ਯੋਗ ਲੈਣਾ ਬਹੁਤ ਮਾਣੇ ਰੱਖਦਾ ਹਾਂਜੀ ਬਾਬੇ ਬਹਿ ਜਾਓ ਮੇਰੇ ਸਿਰ ਮੱਥੇ ਧਰ ਲੈ ਸਭ ਤੋਂ ਛੋਟਾ ਗਹਿਣਾ ਲੌਂਗ ਤੋਂ ਬਾਅਦ ਜਾਂ ਕੰਨ ਵਿੱਚ ਪਾਉਣ ਵਾਲੀਆਂ ਨੱਤੀਆਂ ਤੋਂ ਬਾਅਦ ਛੱਲਾ ਹੀ ਹੁੰਦਾ